ਇਤਨਾ ਕਿ ਧਰਮ ਦਾ ਨਾਸ਼ ਵਿਨਾਸ਼ ਕਰਨ ਦੇ ਵਾਸਤੇ ਔਰੰਗਜ਼ੇਬ ਜੈਸੇ ਔਰ ਜਹਾਂਗੀਰ ਜੈਸੇ ਤਖਤਾਂ ਦੇ ਉੱਪਰ ਬੈਠੇ ਸਨ। ਸੋਚ ਲਿਆ ਸੀ ਕਿ ਮਟਾ ਕੇ ਹੀ ਰੱਖ ਦਿਓ ਦੂਸਰੇ ਧਰਮ ਵਾਲਿਆਂ ਨੂੰ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਤੋਂ ਜਦ ਔਰੰਗਜ਼ੇਬ ਨੇ ਇੱਕ ਸਰਕੱਲਰ ਜਾਰੀ ਕੀਤਾ ਕਿ ਸਮਕਸ਼ ਹਿੰਦੁਸਤਾਨ ਦੇ ਲੋਕ ਜੋ ਰਾਜਪੂਤ ਬਰਾਦਰੀ ਦੇ ਨਾਲ ਸੰਬੰਧ ਰੱਖਣ ਵਾਲੇ ਬੜੇ ਬੜੇ ਵੱਡੇ ਰਾਜੇ ਨੇ, ਇਹਨਾਂ ਨੂੰ ਨਾ ਇਹ ਕਲਗੀ ਲਗਾ ਸਕਦੇ ਨੇ, ਨਾ ਇਹ ਖੁੱਲ੍ਹੇ ਦਾੜੇ ਛੱਡ ਸਕਦੇ ਨੇ, ਨਾ ਇਹ ਘੋੜ ਸਵਾਰੀ ਕਰ ਸਕਦੇ ਨੇ, ਅਤੇ ਨਾ ਉੱਪਰੋਂ ਇਹ ਕਿਰਪਾਨਾਂ ਪਹਿਨ ਸਕਦੇ ਨੇ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਕਿ ਇਹ ਤੇ ਤੱਕਾ ਹੈ, ਜ਼ੁਲਮ ਹੈ ਇਹ ਔਰੰਗਜ਼ੇਬ। ਤੇ ਜਿਸ ਗੱਲ ਦੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਸ਼ੁਰੂਆਤ ਕੀਤੀ ਸੀ ਬਾਬਰ ਨੂੰ ਜਾਬਰ ਕਹਿ ਕੇ, ਹੇ ਬਾਬਰ ਤੂੰ ਜਾਬਰ ਹੈ, ਪਰ ਜਾਬਰ ਦੇ ਨਾਲ ਨਾਲ ਜਦ ਉਸਨੂੰ ਪਤਾ ਲੱਗਾ ਕਿ ਇਹ ਰੱਬੀ ਪਰਿਪੂਰਨ ਪਰਮਾਤਮਾ ਦਾ ਰੂਪ ਹਨ, ਸਾਕਸ਼ਾਤ ਭਗਵਾਨ ਦਾ ਰੂਪ ਹਨ, ਤੇ ਬਾਬਰ ਵੀ ਝੁਕ ਗਿਆ ਸੀ ਸਾਹਿਬਾਂ ਦੇ ਚਰਨਾਂ ਦੇ ਉੱਪਰ। ਸਾਹਿਬਾਂ ਨੂੰ ਸੱਦਿਆ ਗਿਆ ਕਚਹਿਰੀ ਦੇ ਵਿੱਚ ਕਿ ਤੁਸੀਂ ਆਓ, ਤੁਸੀਂ ਕਹਿੰਦੇ ਹੋ ਨਾ ਅਸੀਂ ਹਿੰਦੂ ਹਾਂ ਨਾ ਮੁਸਲਮਾਨ। ਤੇ ਸਾਹਿਬਾਂ ਦੇ ਉੱਤੇ ਜਦ ਕਚਹਿਰੀ 'ਚ ਸੱਦਿਆ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਉਹਨਾਂ ਨੇ ਪਹਿਲੀ ਗੱਲ ਰੱਖੀ ਸਮਕਸ਼ ਕਿ ਤੁਸੀਂ ਆਪਣਾ ਸੀਸ ਕਿਉਂ ਨਹੀਂ ਚੁਕਾਇਆ, ਤੁਸੀਂ ਦਵਾਰ ਤੇ ਆਏ ਹੋ, ਤੁਹਾਨੂੰ ਪਤਾ ਨਹੀਂ ਕਿ ਹਿੰਦੁਸਤਾਨ ਦਾ ਡਿਸਿਪਲਿਨ ਕੀ ਹੈ, ਕਾਨੂੰਨ ਕੀ ਹੈ, ਮਰਿਆਦਾ ਕੀ ਹੈ, ਔਰ ਜਿਹੜਾ ਵੀ ਬੰਦਾ ਉਸ ਵਕਤ ਜਾਂਦਾ ਹੈ ਉਸਦਾ ਸੀਸ ਚੁਕਾਉਣ ਦਾ ਫਰਜ਼ ਬਣਦਾ। ਤੇ ਪਾਤਸ਼ਾਹ ਕਹਿਣ ਲੱਗੇ ਕਿੱਥੇ, ਇੱਥੇ ਹਾਰੀ ਸਾਰੀ ਦਾ ਤੇ ਸਿਰ ਚੁੱਕ ਸਕਦਾ, ਪਰ ਅੱਲਾਹ ਦੇ ਬੰਦਿਆਂ ਦਾ, ਪੀਰੂ ਪੈਗੰਬਰ ਜੋ ਪਰਮਾਤਮਾ ਦੇ ਵੱਲੋਂ ਆਏ ਨੇ, ਉਹਨਾਂ ਦਾ ਸਿਰ ਨਹੀਂ ਚੁੱਕਦਾ। ਤੇ ਐ ਬੋਲ ਆ ਤਮ ਬਹੁਤ ਸਲਾਮੀ ਕਰਦ ਗਰਦਨ ਬਾ ਤਮਾਂ ਬੁਲੰਦੇ ਬਵਤ। ਤੋ ਇਸਦਾ ਅਰਥ ਇਹ ਹੋਇਆ ਕਿ ਤੁਸੀਂ ਆਏ ਹੋ ਤੇ ਆ ਕੇ ਤੁਸੀਂ ਸਜਦਾ ਨਹੀਂ ਕੀਤਾ। ਬੜੇ ਬੜੇ ਕਾਜ਼ੀ ਬੈਠੇ ਨੇ ਇੱਥੇ, ਮਹਾਨ ਵਿਅਕਤੀ ਬੈਠੇ ਨੇ, ਤੁਹਾਡਾ ਫਰਜ਼ ਸੀ ਸਿਰ ਚੁਕਾਉਣਾ। ਪਾਤਸ਼ਾਹ ਕਹਿਣ ਲੱਗੇ ਨਹੀਂ, ਆ ਤਮ ਅਬੂਦ ਸਲਾਮੀ ਕਰਦ ਗਰਦਨ ਬਾ ਤਮਾਂ ਬੁਲੰਦੇ ਬਵਤ। ਹਰ ਦੋ ਨੇ ਸਤੰ ਬੰਦੋ ਖੁਦਾ ਹਸਤੰਦ ਕੀ ਹਮਾ ਮਜ਼ਹਬ ਮਨ ਹਸਤੰਦ। ਸਾਡਾ ਮਜ਼ਹਬ ਜੋ ਸਾਨੂੰ ਸਿਖਾਉਂਦਾ ਹੈ ਉਹ ਇੱਕ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਨੂੰ ਜਪ ਕੇ ਔਰ ਪਰਮਾਤਮਾ ਨੂੰ ਹੀ ਇਹ ਸਜਦੇ 'ਚ ਸਿਰ ਚੁੱਕਦਾ ਹੈ, ਕਿਸੇ ਹਾਰੀ ਸਿਆਰੀ ਵਿਅਕਤੀ ਦੇ ਅੱਗੇ ਇਹ ਸਰ ਨਹੀਂ ਚੁੱਕਦਾ। ਇਸੇ ਨੂੰ ਇੱਕ ਆਲਮ ਮੁਦੱਬਰ ਇਸ ਢੰਗ ਨਾਲ ਲੈਂਦਾ, ਹਰ ਦਰ ਪੇ ਜੋ ਚੁੱਕ ਜਾਏ ਉਸੇ ਸਰ ਨਹੀਂ ਕਹਿੰਦੇ। ਤੇ ਜਿੱਥੇ ਇਹ ਸਰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਸਮਕਸ਼ ਕਿਸੇ ਜਰਵਾਣੇ ਦੇ ਅੱਗੇ, ਕਿਸੇ ਦੇਸ਼ ਦੇ ਬਾਦਸ਼ਾਹ ਦੇ ਅੱਗੇ ਇਹ ਸਰ ਨਹੀਂ ਚੁੱਕਿਆ, ਤੇ ਬਾਬਰ ਦੇ ਜੋ ਖੂਨ ਦੇ ਵਿੱਚੋਂ ਹੀ ਚੱਲਦੀ ਆ ਰਹੀ ਹੈ ਪੀੜ੍ਹੀ ਦਰ ਪੀੜ੍ਹੀ ਔਰੰਗਜ਼ੇਬ ਦੇ ਅੱਗੇ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਸਿਰ ਕਦੇ ਕਿਸੇ ਦੇ ਅੱਗੇ ਨਹੀਂ ਸੀ ਚੁੱਕ ਸਕਦਾ।
ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਐ ਔਰੰਗਜ਼ੇਬ ਜੋ ਤੂੰ ਸਰਕਲਰ ਜਾਰੀ ਕੀਤਾ ਹੈ ਹਿੰਦੁਸਤਾਨ ਦੇ ਤਮਾਮ ਸਟੇਟਾਂ ਦੇ ਅੰਦਰ, ਸਾਹਿਬਾਂ ਨੇ ਆਨੰਦਪੁਰ ਤੋਂ ਸਦਾ ਬੁਲੰਦ ਕੀਤੀ ਤੇ ਇਹ ਗੱਲ ਕਹੀ, ਐ ਔਰੰਗਜ਼ੇਬ ਤੂੰ ਮੇਰੀ ਗੱਲ ਸੁਣ, ਮੈਂ ਤੈਨੂੰ ਦੱਸਣਾ ਕਿ ਮੈਂ ਲਗਾਵਾਂਗਾ ਕਲਗੀ, ਮੇਰੇ ਸਿੰਘ ਵੀ ਲਗਾਣਗੇ ਕਲਗੀ, ਮੇਰਾ ਖਾਲਸਾ ਤਰਪਾਨ ਵੀ ਪਹਿਨੇਗਾ। ਤੂੰ ਕਹਿਣਾ ਹੈ ਘੋੜੇ ਦੀ ਸਵਾਰੀ ਨਹੀਂ ਕਰੇਗਾ, ਮੇਰੇ ਸਿੱਖ ਔਰ ਸਿੰਘ ਘੋੜੇ ਦੀ ਸਵਾਰੀ ਵੀ ਕਰਨਗੇ। ਇਹ ਸਾਹਿਬਾਂ ਦਾ ਜਜ਼ਬਾ ਸੀ ਸਮੇਂ ਦੇ ਉਸ ਔਰੰਗਜ਼ੇਬ ਨੂੰ ਇੱਕ ਰੋਕ ਪਾਏ। ਤੇਰਾ ਕਿਧਰੇ ਇਕੱਲੇ ਦਾ ਹੀ ਇੱਥੇ ਇਹ ਧਰਮ ਸਾਰਿਆਂ ਨੂੰ ਨਿਭਾ ਕੇ ਖਤਮ ਕਰਕੇ ਕਿ ਚਾਹੁੰਦਾ ਕਿ ਵਾਹਿਦ ਇੱਕ ਇਸਲਾਮ ਦਾ ਧਰਮ ਹੀ ਇੱਥੇ ਪੈਦਾ ਹੋ ਜਾਵੇ। ਐ ਔਰੰਗਜ਼ੇਬ ਇਹ ਗੱਲ ਠੀਕ ਨਹੀਂ, ਐਸਾ ਨਹੀਂ ਹੈ। ਹਿੰਦੁਸਤਾਨ ਦੇ ਅੰਦਰ ਸਮਕਸ਼ ਬੜੇ ਬੜੇ ਹੋਰ ਵੀ ਐਸੇ ਧਰਮ ਪਏ ਨੇ ਤੇ ਹਿੰਦੁਸਤਾਨ ਨੂੰ ਬੜੀ ਸਾਹਿਬਾਂ ਦੀ ਦੇਣ। ਟਾਈਮ ਦੀ ਗੁਜ਼ਾਰਿਸ਼, ਔਰ ਮੈਂ ਬੜਾ ਸ਼ੋਰਟ ਕੱਟ ਜਾ ਰਿਹਾ ਕਿਉਂਕਿ ਇਤਨੇ ਸਮੇਂ ਵਿੱਚ ਬਹੁਤ ਜ਼ਿਆਦਾ ਲੰਬਾ ਵਿਸਥਾਰ ਨਹੀਂ ਦੱਸ ਦੇ ਸਕਦਾ। ਤੋ ਜਿੱਥੇ ਸਾਹਿਬਾਂ ਨੂੰ ਇਸ ਦੁਨੀਆਂ 'ਤੇ ਆਉਣ ਦੇ ਵਾਸਤੇ ਜ਼ਰੂਰਤ ਪਈ ਹੈ, ਪਰਿਪੂਰਨ ਪਰਮਾਤਮਾ ਨੇ ਇਹੋ ਹੀ ਡਿਪਟੀ ਲਗਾਈ ਹੈ। ਐ ਗੋਬਿੰਦ, ਦੁਸ਼ਟ ਦਮਨ ਦੇ ਰੂਪ ਵਿੱਚ ਜਦ ਉਹਨਾਂ ਨੇ ਹੇਮਕੁੰਟ ਵਿੱਚ ਸਾਧਨਾ ਕੀਤੀ, ਸਾਹਿਬਾਂ ਨੇ ਉੱਥੇ ਇਹ ਗੱਲ ਆਪਣੇ ਮੂੰਹ ਤੋਂ ਉਚਾਰ ਦਿੱਤੀ ਬਚਿੱਤਰ ਨਾਟਕ ਦੇ ਅੰਦਰ ਦਸਮ ਗ੍ਰੰਥ ਵਿੱਚ ਕਿ ਅਸੀਂ ਜੋ ਇੱਥੇ ਆਏ ਹਾਂ ਜਗਤ ਵਿੱਚ, ਇਹ ਸਾਰੇ ਪ੍ਰਭੂ ਪਰਿਪੂਰਨ ਪਰਮਾਤਮਾ ਦੀ ਮਿਹਰ ਦਾ ਸਦਕਾ ਹੈ, ਉਹਨਾਂ ਨੇ ਭੇਜਿਆ ਹੈ। ਤੋ ਸਾਹਿਬ ਕਹਿੰਦੇ ਨੇ, ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਿੰਘ ਸੋਭਤ ਹੈ ਤਹਾਂ। ਸੱਤ ਚੋਟੀਆਂ ਵਾਲਾ ਉਹ ਪਹਾੜ ਹੇਮਕੁੰਟ ਪਰਬਤ, ਤੇ ਇੱਕ ਨਾਲ ਜਿੱਥੇ ਪਾਣੀ ਦਾ ਚਸ਼ਮਾ ਹੈ, ਜੋ ਆਪ ਵਿੱਚੋਂ ਗਿਆ ਉਸਨੇ ਤੱਕਿਆ ਹੋਏਗਾ, ਉੱਥੇ ਸਾਹਿਬਾਂ ਨੇ ਬੈਠ ਕੇ ਤਪ ਕੀਤਾ ਹੈ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਿੰਘ ਸੋਭਤ ਹੈ ਤਹਾਂ। ਸੁਭਾਏ ਮਾਨ ਹੈ, ਸ਼ਿਸ਼ੋਭਤ ਹੈ, ਬੜੀ ਸੁੰਦਰ ਉਸਦਾ ਚਿੱਤਰਨ ਜੋ ਪਰਿਪੂਰਨ ਪਰਮਾਤਮਾ ਵੱਲੋਂ ਪਹਾੜ ਦਾ ਰਚਿਆ ਪਿਆ, ਉਹ ਤੁਸੀਂ ਤਸਵੀਰਾਂ ਦੇ ਅੰਦਰ ਤੱਕ ਲੈਂਦੇ ਹੋ ਜਿਹੜੇ ਨਹੀਂ ਗਏ। ਤੇ ਜਿੱਥੇ ਸਾਹਿਬ ਕਹਿੰਦੇ ਨੇ ਕਿ ਸਾਡੀ ਡਿਪਟੀ ਲੱਗੀ, ਪਰਿਪੂਰਨ ਪਰਮਾਤਮਾ ਨੇ ਭੇਜਿਆ, ਅਸੀਂ ਹੈ ਤੇ ਦੋ ਸਾਂ ਉਸ ਵਕਤ ਭਗਤੀ ਕਰਨ ਵੇਲੇ, ਤੇ ਭਗਤੀ ਕਰਦਿਆਂ ਕਰਦਿਆਂ ਅਸੀਂ ਦੋ ਤੋਂ ਇੱਕ ਰੂਪ ਹੋ ਗਏ, ਦ੍ਵੈ ਤੇ ਏਕ ਰੂਪ ਆਏ ਗਏ, ਇੱਕ ਰੂਪ ਹੋ ਗਏ। ਤੇ ਸਾਹਿਬ ਕਹਿੰਦੇ ਨੇ, ਤਬ ਚਰਨਨ ਮਨ ਰਹੇ ਹਮਾਰਾ, ਪ੍ਰਭੂ ਦੇ ਚਰਨਾਂ ਤੋਂ ਬਗੈਰ ਮੇਰਾ ਮਨ ਅੱਜ ਤੱਕ ਕਿਧਰ ਵੀ ਨਹੀਂ ਗਿਆ। ਇਹੀ ਕਾਰਨ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਬੰਸ ਵਾਰ ਕੇ ਵੀ ਸਰਬੰਸ ਦਾਨੀ ਕਹਿਲਾਉਂਦੇ ਨੇ, ਕਿਉਂਕਿ ਜਗਤ ਸਮਕਸ਼ ਦੀ ਪ੍ਰੀਤਾਂ ਝੂਠੀਆਂ ਨੂੰ ਟਕਰਾ ਕੇ ਪੁੱਤਰ ਵੀ ਕੁਰਬਾਨ ਹੋ ਗਏ ਨੇ ਕੌਮ ਦੇ ਉੱਤੋਂ ਪੰਥ ਦੇ ਵਾਸਤੇ। ਪਰ ਸਾਹਿਬਾਂ ਨੇ ਜੋ ਆਪਣੇ ਮੁਖਾਲ ਤੋਂ ਸਟੇਟਮੈਂਟ ਦੇ ਦਿੱਤੀ ਕਿ ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆ ਦਾ ਸਹਿਣਾ। ਇਹੋ ਜੇ ਖੇੜੇ ਪੱਠਾਂ ਵਿੱਚ ਪੈ ਜਾਣ ਜਿੱਥੇ ਐ ਪਰਿਪੂਰਨ ਪਰਮਾਤਮਾ ਤੇਰਾ ਨਾਮ ਵਿਸਰ ਜਾਏ, ਤੇਰੇ
ਸਤਨਾਮ ਦੀ ਵਿਆਖਿਆ ਔਰ ਤੇਰਾ ਸਤਨਾਮ ਦਾ ਉਚਾਰਨ ਜਿਸ ਮੁਖ ਤੋਂ ਨਿਕਲ ਜਾਏ, ਵਿਚਰ ਜਾਏ, ਉਹ ਬੰਦਾ ਹਮੇਸ਼ਾ ਦੇ ਲਈ ਸ਼ਾਂਤ ਹੋ ਜਾਂਦਾ, ਉਹ ਹਿਰਦੇ ਦੇ ਅੰਦਰ। ਇਹੀ ਅਸੀਂ ਕਹਿ ਸਕਦੇ ਹਾਂ ਕਿ ਉਹ ਪਰ ਉਪਕਾਰ ਕਰਨ ਦੇ ਵਾਸਤੇ ਜਗਤ ਵਿੱਚ ਆਏ ਨੇ, ਨਾ ਜਨਮ ਵਿੱਚ ਤੇ ਨਾ ਮਰਨ ਵਿੱਚ ਆ ਜਾਂਦੇ ਨੇ। ਪਰਮਾਤਮਾ ਦੀ ਕਿਰਪਾ ਦੁਆਰਾ ਸਾਡੇ ਵਰਗੇ ਮਜ਼ਲੂਮਾਂ ਤੇ ਰਕਸ਼ਾ ਦੇ ਵਾਸਤੇ ਹੱਥ ਵਿੱਚ ਤਲਵਾਰ ਪਕੜ ਕੇ ਬਚਾਉਣ ਦੇ ਵਾਸਤੇ। ਤੋ ਜਿੱਥੇ ਇਹ ਵਿਚਾਰਧਾਰਾ ਦਿੱਤੀ ਹੈ ਬੜੇ ਬੜੇ ਹੋਰ ਮਹਾਨ ਕਵੀਆਂ ਨੇ। ਇੱਕ ਦਿਨ ਹਿੰਦੁਸਤਾਨ ਦੀ ਤਵਾਰੀਖ ਵਿੱਚ ਐਸਾ ਆਇਆ ਕਿ ਸ਼ਿਵ ਕੁਮਾਰ ਬਟਾਲਵੀ ਜੈਸੇ ਕਵੀ ਹੋਏ ਨੇ ਹਿੰਦੁਸਤਾਨ ਦੇ ਅੰਦਰ, ਮਹਾਨ ਕਵੀ। ਯਾਰਾਂ ਦੋਸਤਾਂ ਮਿੱਤਰਾਂ ਨੇ ਪੁੱਛ ਲਿਆ, ਐ ਸ਼ਿਵ ਤੂੰ ਬੜਾ ਵੱਡਾ ਫਿਲਾਸਫਰ ਹੈ, ਬੜਾ ਵੱਡਾ ਧਨੀ ਦਿਮਾਗ ਦਾ ਮਾਲਕ ਹੈ, ਪਰ ਕਿਧਰੇ ਤੂੰ ਅੱਜ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸ ਸਦਾਨੀ ਪਿਤਾ ਦੇ ਉੱਪਰ ਕੁਛ ਚੰਦ ਲਾਈਨਾਂ ਲਿਖ ਸਕੇ? ਅਤੇ ਇਹ ਬੰਦਾ ਚੁੱਪ ਹੋ ਗਿਆ ਯਾਰਾਂ ਦੋਸਤਾਂ ਦੇ ਵਿੱਚ, ਕਹਿਣ ਲੱਗਾ, ਨਹੀਂ ਮੇਰਿਓ ਮਿੱਤਰੋ, ਮੇਰਿਓ ਦੋਸਤੋ, ਕੋਈ ਐਸਾ ਤੇ ਮੈਂ ਲਿਖ ਨਹੀਂ ਸਕਿਆ ਤੇ ਨਾ ਹੀ ਮੈਂ ਹਜੇ ਤੱਕ ਪੜ੍ਹ ਸਕਿਆ। ਤੇ ਇਸਨੇ ਆਪਣੀ ਵਿਚਾਰ ਪੜ੍ਹਨ ਤੋਂ ਬਾਅਦ ਇਹ ਸਟੇਟਮੈਂਟ ਦਿੱਤੀ। ਕੁਛ ਥੋੜੇ ਦਿਨਾਂ ਬਾਅਦ ਜਦ ਮਿੱਤਰਾਂ ਨੇ ਦੋਸਤਾਂ ਨੇ ਦੁਬਾਰੇ ਪੁੱਛਿਆ, ਕੁਝ ਲਿਖਿਆ, ਸਰ ਹਿਲਾਇਆ, ਹਾਂ ਕੁਝ ਲਿਖ ਸਕਿਆ, ਤੇ ਕਹਿਣ ਲੱਗਾ, ਮੈਂ ਹੈਰਾਨ ਹੋ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਚਰਿੱਤਰ ਨੂੰ ਥੱਕ ਕੇ ਕਿ ਮੈਂ ਕੀ ਲਿਖਦਾ। ਜੋ ਲਿਖਿਆ ਉਹਨਾਂ ਨੇ ਮੈਂ ਆਪ ਦੇ ਸਾਹਮਣੇ ਰੱਖਾਂ। ਉਹ ਕਹਿਣ ਲੱਗਾ, ਐ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਐਸੇ ਪਰਉਪਕਾਰੀ ਹੋ, ਜਗਤ ਵਿੱਚ ਆਏ ਹੋ, ਜਿਨ੍ਹਾਂ ਨੇ ਪਿਤਾ ਵੀ ਸ਼ਹੀਦ ਕਰਵਾ ਦਿੱਤਾ, ਮਾਤਾ ਵੀ ਸ਼ਹੀਦ ਕਰਵਾ ਦਿੱਤੀ, ਚਾਰੇ ਆਪਣੇ ਖੂਨ ਆਪਣੇ ਪੁੱਤਰ ਵੀ ਖਾਲਸੇ ਪੰਥ ਤੋਂ ਨਿਸ਼ਾਵਰ ਕਰ ਦਿੱਤੇ। ਐ ਗੁਰੂ ਗੋਬਿੰਦ ਸਿੰਘ ਮਹਾਰਾਜ, ਬਾਪੂ ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਲਾਵਾਂ। ਪਹਿਲਾ ਲਫ਼ਜ਼ ਹੀ ਉਸਦਾ ਜਾਨ ਕੱਢ ਦਿੰਦਾ ਕਿ ਮੈਂ ਦੀਵੇ ਜਗਾਵਾਂ, ਨਹੀਂ, ਦੀਵੇ ਤੇ ਬੁਝਦਲ ਨੇ, ਕੁਛ ਸੈਕਿੰਡਾਂ ਲਈ ਜਗਦੇ ਨੇ, ਕੁਛ ਮਿੰਟਾਂ ਲਈ ਜਗਣਗੇ, ਘਿਓ ਮੁੱਕਣ ਦੀ ਦੇਰ ਹੈ, ਤੇਲ ਮੁੱਕਣ ਦੀ ਦੇਰ ਹੈ, ਇਹ ਤੇ ਮੁੱਕ ਜਾਣਗੇ, ਖਤਮ ਹੋ ਜਾਣਗੇ, ਬੁੱਝ ਜਾਣਗੇ, ਇਹਨਾਂ ਦੀ ਰੋਸ਼ਨੀ ਇਤਨੀ ਕੰਮ ਨਹੀਂ ਕਰੇਗੀ। ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਲਾਵਾਂ, ਮੇਰਾ ਹਰ ਗੀਤ ਬੁੱਝਦਲ ਹੈ, ਮੈਂ ਕਿਹੜਾ ਗੀਤ ਜਗਾਵਾਂ। ਐਡਾ ਵੱਡਾ ਮਹਾਨ ਸ਼ਾਇਰ, ਪਰ ਛੰਦਾਬੰਦੀ ਫਾਲਾਬ ਹੋ ਗਈ, ਫੇਲ ਹੋ ਗਈ, ਖਤਮ ਹੋ ਗਈ। ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਲਾਵਾਂ, ਮੇਰਾ ਹਰ ਗੀਤ ਬੁੱਝਦਲ ਹੈ, ਮੈਂ ਕਿਹੜਾ ਗੀਤ ਅਜਗਾਵਾਂ। ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਂ ਚ ਆ ਜਾਵੇ, ਸਾਰੇ ਬਾਜ਼ਾਰ ਵਿੱਚ ਜਾ ਕੇ ਜੇ ਆਪਣਾ ਸਰ ਕਟਾਇਆ। ਐਸੀ ਵਿਚਾਰਧਾਰਾ ਰੱਖ ਰਿਹਾ ਸ਼ਿਵ ਕੁਮਾਰ ਬਟਾਲੇ, ਸਾਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਰ ਕਟਾਇਆ ਵੇ, ਆਪਣੇ ਸੋਹਣੇ ਛੰਦੇ ਬੋਲ ਜੋ ਨੀਹਾਂ ਵਿੱਚ ਚੜਾਇਆ ਵੇ, ਲੁੱਟ ਜਾਵੇ ਤਾਂ ਲੁੱਟ ਜਾਵੇ, ਫੇਰ ਵੀ ਯਾਰ ਦੇ ਸੱਥੜੇ ਗਾਵੇ। ਮੈਂ ਇਸ ਗੀਤ ਦੀ ਕਾਨੀ ਨੂੰ ਕਿੰਜ ਬੋਲ ਗਲ ਪਾਵਾਂ, ਮੇਰਾ ਹਰ ਗੀਤ ਬੁੱਝ ਦਿਲ ਹੈ, ਮੈਂ ਕਿਹੜਾ
ਜਿਹਾ ਗੀਤ ਅਜਦਾ ਕਮਾਲ ਕਰ ਦਿੰਦਾ ਬੰਦਾ। ਔਰ ਅੱਖਾਂ ਵਿੱਚੋਂ ਜੋ ਉਸਨੇ ਲਿਖਿਆ ਪੁਸਤਕ ਦੇ ਅੰਦਰ ਯਾਰੋ ਯਾਰ ਰੋ ਪਿਆ, ਤੇ ਬਾਅਦ ਵਿੱਚ ਦੋਸਤਾਂ ਮਿੱਤਰਾਂ ਨੇ ਚੁੱਪ ਕਰਾਇਆ ਕਿ ਇਹ ਕਵੀ ਤੋਂ ਕਮਾਲ ਦੇ ਬੋਲ ਲਿਖੇ ਨੇ। ਤੋ ਜੋ ਵਿਦਵਾਨਾਂ ਦੇ ਇਹ ਲਿਖੇ ਹੋਏ ਬੋਲੀਆਂ ਹੋਈਆਂ ਸਟੇਟਮੈਂਟਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਪਰ, ਸਮਕਸ਼ ਹਿੰਦੁਸਤਾਨ ਦੇ ਅੰਦਰ ਲੋਕਾਂ ਨੇ ਇਤਨਾ ਨਹੀਂ ਸਮਝਿਆ ਜਿਤਨਾ ਸਮਝਣਾ ਚਾਹੀਦਾ ਸੀ। ਨਾ ਆਪਣਿਆਂ ਨੇ ਸਮਝਿਆ, ਨਾ ਬਗਾਨਿਆਂ ਨੇ ਸਮਝਿਆ। ਇਹ ਗੱਲ ਅਲੱਗ ਹੈ ਕਿ ਅੱਜ ਲੋਕੀ ਕਹਿ ਦਿੰਦੇ ਨੇ ਕਿ ਹੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ